नाम देखो जी, पंजाब सरकार दी गाइडलाइन के मुताबिक जो भी व्यक्ति जनतक थावां ते मास्क की वरतों नहीं करेगा उसके चलान कट्टे जान। जिस लड़ी के तहत अज असी जिहड़ा है मेन बाजार मलोट विखे सुपर बाजार विखे जिन्हां व्यक्तियों वालों जिन्हों दुकानदारों वालों जिहड़े मास्क नहीं पाए गए सन उन्होंने चलान कट्टे गए हैं, उन्होंने जिहड़े मास्क मौके पर दिए गए हैं। किन्ने चलान कट्टे जी? तकरीबन असी 35 तो 40 के करीब असी चलान कट्टे ने।
ਤੇ ਹੋਰ ਵੀ ਸਾਡੀ ਇਹ ਜਿਹੜੀ ਮੁਹਿੰਮ ਅੱਗੇ ਲਗਾਤਾਰ ਜਾਰੀ ਹੈ। ਕਿੰਨੇ ਦਾ ਹੁੰਦਾ ਜੀ ਚਲਾਨ? ਇਹ ਜੀ ਜੋ ਪੰਜਾਬ ਸਰਕਾਰ ਦੀ ਜੋ ਗਾਈਡਲਾਈਨ ਹੈ 500 ਰੁਪਏ ਦਾ ਇੱਕ ਚਲਾਨ ਹੁੰਦਾ, ਜੋ ਨੋਟੀਫਿਕੇਸ਼ਨ ਤੁਸੀਂ ਦੇਖਿਆ ਹੋਣਾ ਪਹਿਲਾਂ, ਉਹਦੇ ਮੁਤਾਬਕ 500 ਰੁਪਏ ਦਾ ਇੱਕ ਚਲਾਨ ਹੁੰਦਾ ਜੀ। ਕੈਸ਼ ਹੀ ਪ੍ਰਾਈਜ਼? ਹਾਂਜੀ ਹਾਂਜੀ ਹਾਂਜੀ। ਤੇ ਮਾਸਕ ਵੀ ਮੁਹੱਈਆ ਕਰਾਇਆ ਗਿਆ? ਬਿਲਕੁਲ ਜੀ, ਜਿਨ੍ਹਾਂ ਵਿਅਕਤੀਆਂ ਦੇ ਕੋਲ ਮਾਸਕ ਨਹੀਂ ਸਨ ਉਹਨਾਂ ਨੂੰ ਮਾਸਕ ਵੀ ਦਿੱਤੇ ਗਏ। ਹੋਰ ਕੀ ਕਹਿਣਾ ਚਾਹੁੰਦੇ ਦੁਕਾਨਦਾਰਾਂ ਨੂੰ? ਮੈਂ ਦੁਕਾਨਦਾਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਪਲੀਜ਼ ਜਿੰਨੇ ਵੀ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਉਹਨਾਂ ਨੂੰ ਤੁਸੀਂ, ਜਿਵੇਂ ਸਰਕਾਰ ਦੀਆਂ ਗਾਈਡਲਾਈਨ ਹੈ ਵੀ ਦੁਕਾਨਦਾਰ ਹੀ ਉਹਨੂੰ ਮਾਸਕ ਮੁਹੱਈਆ ਕਰਾਊਗਾ ਜੇਕਰ ਉਹਨਾਂ ਕੋਲ ਨਹੀਂ ਹੈਗਾ, ਪ੍ਰੋਪਰ ਸੈਨੀਟਾਈਜ਼ ਕਰਕੇ ਹੀ ਗਾਹਕ ਨੂੰ ਜਿਹੜਾ ਦੁਕਾਨ ਦੇ ਅੰਦਰ ਐਂਟਰ ਕਰਨ ਦਿੱਤਾ ਜਾਵੇ ਤੇ ਆਪ ਵੀ ਖੁਦ ਮਾਸਕ ਦੀ ਵਰਤੋਂ ਕੀਤੀ ਜਾਵੇ। ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ? ਬਿਲਕੁਲ ਜੀ ਬਿਲਕੁਲ, ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ। ਸਰ, ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰੀਏ ਤਾਂ ਮਤਲਬ ਇੱਕ ਬੰਦਾ ਮਤਲਬ ਚਲਾਨ ਕੱਟ ਸਕਦਾ ਦੇਖਿਆ ਹੋਵੇ?